ਵਿਜੀਲੈਂਸ ਬਿਊਰੋ ਵੱਲੋਂ ਮੋਹਾਲੀ ਗਵਾਡਾ ਵਿੱਚ ਸੁਪਰੀਡੈਂਟ ਨਰਿੰਦਰਪਾਲ ਸਿੰਘ ਅਤੇ ਸੇਵਾਦਾਰ ਕਰਮ ਸਿੰਘ ਨੂੰ 35,000 ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨਸੀਬ ਸਿੰਘ ਸੰਧੂ ਨੇ ਆਪਣੇ ਮਕਾਨ ਦੀ NOC ਲੈਣ ਲਈ ਇਸ ਦਫ਼ਤਰ ਵਿੱਚ ਅਪਲਾਈ ਕੀਤਾ ਸੀ, ਜਿਸ ਦੀ ਏਵਜ਼ ਵਿੱਚ ਉਸਨੇ 50,000 ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਦੀ ਪਹਿਲੀ ਕਿਸ਼ਤ 35,000 ਰੁਪਏ ਦੇਣੀ ਤੈਅ ਹੋਈ ਸੀ, ਜਿਸ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਮੋਹਾਲੀ ਵਿੱਚ ਉਹਨਾਂ ਦਾ ਇੱਕ ਮਕਾਨ ਸੀ ਜਿਹਨੂੰ ਵੇਚਣ ਵਾਸਤੇ ਉਹਨਾਂ ਨੇ ਗਵਾਡਾ ਤੋਂ NOC ਲੈਣੀ ਜ਼ਰੂਰੀ ਹੁੰਦੀ ਹੈ। ਉਹਨੇ ਉਹਨੂੰ ਅਪਰੋਚ ਕੀਤਾ ਕਿ ਮੈਂ ਤੇਰਾ ਕੰਮ ਛੇਤੀ ਕਰਵਾ ਦੂੰਗਾ, ਮੈਂ ਤੇਰੀ ਸੁਪਰੀਡੈਂਟ ਨਾਲ ਗੱਲ ਕਰਵਾ ਦਿੰਦਾ। ਅਤੇ ਸੁਪਰੀਡੈਂਟ ਨੇ ਉਹਨੂੰ ਡਰਾਇਆ ਕਿ ਤੇਰਾ ਜਿਹੜਾ ਪਹਿਲਾਂ ਓਕੂਪੇਸ਼ਨ ਸਰਟੀਫਿਕੇਟ ਨਾਲ ਲੱਗਾ ਉਹ ਜਾਲੀ ਆ, ਇਹਦੇ ਆਧਾਰ 'ਤੇ ਨਹੀਂ ਹੋ ਸਕਦੀ, ਲੇਕਿਨ ਮੈਂ ਕਰਵਾ ਦੂੰਗਾ ਜੇਕਰ ਤੂੰ ਮੈਨੂੰ 50,000 ਰੁਪਇਆ ਦਿੰਦਾ ਹੈ। ਜੋ ਕਿ ਇਹਨਾਂ ਦਾ ਸੌਦਾ 35,000 ਵਿੱਚ ਤੈਅ ਹੋਇਆ, 30,000 ਰੁਪਇਆ ਸੁਪਰੀਡੈਂਟ ਨੇ ਲਿਆ ਅਤੇ 5,000 ਰੁਪਇਆ ਕਰਮ ਸਿੰਘ ਸੇਵਾਦਾਰ ਨੇ ਲਿਆ, ਜੋ ਕਿ ਮੌਕੇ 'ਤੇ ਰੰਗੇ ਹੱਥੀਂ ਪੈਸੇ ਲੈਂਦੇ ਗ੍ਰਿਫਤਾਰ ਹੋਏ।